ਦਾ ਐਫ ਆਈ ਆਰ ਨੰਬਰ 167 ਕੁਲਦੀਪ ਕੌਰ ਅਤੇ ਮਨਦੀਪ ਕੌਰ ਨਜਾਇਜ਼ ਤੌਰ 'ਤੇ ਅਬੋਸ਼ਨ ਕਰਦੇ ਸੀ, ਇਹ ਕੀ ਆ ਪੂਰਾ ਮਾਮਲਾ? ਇਹ ਮਾਮਲਾ ਸਾਡੇ ਕੋਲ ਇੱਕ ਨਾ ਕਈ ਅਸੀਂ ਮਹੀਨਾ 20 ਦਿਨ ਤੋਂ ਸੋਲ ਚਲਾਏ ਹੋਏ ਸੀ ਆਪਣੇ, ਜਿਹੜੀ ਮਨਦੀਪ ਕੌਰ ਅੰਬਾਲੀਆਂ ਦੇ ਰਹਿਣ ਵਾਲੀ ਹੈ, ਇਹ ਇਹਦੇ ਘਰ ਦੇ ਵਿੱਚ ਅੱਡਾ ਬਣਾਇਆ ਹੋਇਆ ਸੀ ਉੱਥੇ, ਇਹ ਗੈਰ ਕਾਨੂੰਨੀ ਢੰਗ ਨਾਲ ਉੱਥੇ ਗਰਭ ਨੂੰ ਨਸ਼ਟ ਕਰ ਦਿੰਦੇ ਸੀਗੇ। ਅਸੀਂ ਸੋਲ ਸਕੈਨ ਕੀਤੇ ਗਏ ਸੀਗੇ ਕੱਲ੍ਹ ਮਿਤੀ 2/5/2020 ਨੂੰ। ਸਾਡੇ ਕੋਲ ਸਕੂਲ ਖਾਸ ਨੇ ਕਿਲ੍ਹੇ ਹਕੀਮੇ ਅਲੈਦਗੀ 'ਚ ਸਲਾਹ ਦਿੱਤੀ ਕਿ ਵੀ ਹੁਣ ਵੀ ਇਸ ਵਕਤ ਉੱਥੇ ਜਿਹੜਾ ਗਰਭਪਾਤ ਹੋ ਰਿਹਾ, ਜੇ ਇਮੀਜੀਏਟਲੀ ਰੇਡ ਕੀਤੀ ਜਾਵੇ ਤਾਂ ਤੁਹਾਡੇ ਕੋਲ ਕੁਲਦੀਪ ਕੌਰ ਅਤੇ ਮਨਦੀਪ ਕੌਰ ਕਾਬੂ ਆ ਸਕਦੇ ਆ। ਕੁਲਦੀਪ ਕੌਰ ANM ਐਨਮ ਉੱਥੇ ਲੱਗੀ ਹੋਈ ਡਿਸਪੈਂਸਰੀ ਦੇ ਵਿੱਚ ਜੋਬ ਕਰਦੇ ਨੇ, ਦੂਜੇ ਉੱਥੋਂ ਦੀ ਆਸਾ ਵਰਕਰ ਹੈ, ਬਾਣੀਆਂ ਪਿੰਡ ਦੇ ਪੱਕੇ ਰਹਿਣ ਵਾਲੇ ਆ। ਅਤੇ ਅਸੀਂ FIR ਕੱਟ ਕੇ ਡਾਕਟਰਾਂ ਨਾਲ ਕੰਸਰਨ ਕੀਤਾ, ਡਾਕਟਰਾਂ ਦੀ ਟੀਮ ਲੈ ਕੇ ਰੇਡ ਕੀਤੀ, ਰੇਡ ਕਰਨ 'ਤੇ ਕਾਬੂ ਆ ਗਏ। ਉੱਥੇ ਪੀੜਿਤ ਸੁਖਪਾਲ ਕੌਰ ਵਾਈਫ ਆਫ ਹਰਪ੍ਰੀਤ ਸਿੰਘ ਵਾਸੀ ਰਾਮਾ ਮੰਡੀ ਬਠਿੰਡਾ, ਜਿਹੜੇ ਕਿ ਪੀੜਾਂ ਹੋ ਰਹੀਆਂ ਸੀ, ਉਹਨੂੰ ਅਸੀਂ ਐਂਬੂਲੈਂਸ 108 ਦੇ ਥਰੂ ਕਾਲ ਕਰਕੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਡਾਕਟਰ ਸਾਹਿਬਾਨ ਨੂੰ ਨਾਲ ਭੇਜ ਕੇ ਉਹਨੂੰ ਸਿਵਲ ਹਸਪਤਾਲ ਐਡਮਿਟ ਕਰਾਇਆ ਗਿਆ। ਦੋਸ਼ੀਆਂ ਨੂੰ ਅਸੀਂ ਫੜ ਲਿਆ ਅਤੇ FIR ਦਰਜ ਕਰਾਤੀ ਅਤੇ ਗੋਰਖ ਧੰਦਾ ਚੱਲਦਾ ਸੀ ਅਤੇ ਅੱਜ ਪੁਲਿਸ ਰਿਮਾਂਡ ਲੈ ਰਿਹਾ ਇਹਨਾਂ ਔਰਤਾਂ ਦਾ। ਪੁਲਿਸ ਰਿਮਾਂਡ 'ਚ ਜੋ ਖੁਲਾਸੇ ਹੋਣਗੇ ਅਗਲੇ ਤਫਤੀਸ ਅਮਲ ਵਿੱਚ ਲਿਆਉਂਦੇ ਜਾਓ। ਜਦੋਂ ਮੌਕੇ 'ਤੇ ਤੁਸੀਂ ਮਤਲਬ ਕਿ ਰੇਡ ਵਾਲੀ ਕੀ ਭਰੂਣ ਜਾਂ ਜਿਹੜਾ ਸਫਾਈ ਕਰਨ ਦਾ ਸਮਾਨ ਸੀ ਉਹ ਬਰਾਮਦ ਹੋਇਆ? ਉਹ ਸਮਾਨ ਸਫਾਈ ਕਰਨ ਦਾ ਸਮਾਨ ਬਰਾਮਦ ਹੋਇਆ, ਭਰੂਣ ਨਹੀਂ, ਭਰੂਣ ਤਾਂ ਅਬੋਰਸ਼ਨ ਹੀ ਜਾ ਕੇ ਉਹਦੇ ਪੀੜਾਂ ਹੋ ਰਹੀਆਂ ਸੀ, ਹਸਪਤਾਲ ਬਰਨਾਲਾ ਅਬੋਰਸ਼ਨ ਹੋ ਗਿਆ ਉਹਦਾ, ਉੱਥੋਂ ਮੈਡੀਕਲ ਰਿਕਾਰਡ ਲਿੱਤਾ ਜਾਊ। ਅਤੇ ਹੁਣ ਅਗਲੀ ਕਾਰਵਾਈ ਇਹਨਾਂ ਸੰਬੰਧ ਵਿੱਚ ਕੀ ਹੋਏਗੀ? ਅਗਲੇ ਅਸੀਂ FIR ਦਰਜ ਕਰਤੀ, FIR ਦਰਜ ਕਰਕੇ ਇਹਨਾਂ ਤੋਂ ਹੁਣ ਪੁਲਿਸ ਰਿਮਾਂਡ ਲੈਂਦੇ ਹਾਂ, ਅੱਜ ਕੋਰਟ 'ਚ ਪੇਸ਼ ਕਰਕੇ ਜੋ ਵੀ ਪੁਲਿਸ ਰਿਮਾਂਡ ਦੌਰਾਨ ਕੋਈ ਗੱਲ ਸਾਹਮਣੇ ਆਊਗੀ।